ਕਿਵੇਂ? ਜਗਜੀਤ ਸਿੰਘ ਹੈ ਜੀ ਮੇਰਾ ਨਾਮ। ਅੱਛਾ, ਅੱਜ ਕੀ ਹੋ ਰਿਹਾ ਜੀ? ਅੱਜ ਜੀ ਮਲੇਰਕੋਟਲੇ ਦੇ ਅੰਦਰ ਜਿਹੜਾ ਧਰਨਾ ਦਿੱਤਾ ਜਾ ਰਿਹਾ ਹੈਗਾ ਉਹ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ, ਜਿਹੜਾ ਦਿੱਲੀ ਦੇ ਵਿੱਚ ਤੁਕਲਾਬਾਦ ਦੇ ਵਿੱਚ ਮੰਦਰ ਤੋੜਿਆ ਗਿਆ ਹੈ ਸੁਪਰੀਮ ਕੋਰਟ ਦੇ ਹੁਕਮਾਂ ਦੇ ਅਨੁਸਾਰ, ਉਹਦੇ ਖਿਲਾਫ ਅੱਜ ਮਲੇਰਕੋਟਲਾ ਦੇ ਸਾਰੇ ਮੇਨ ਬਾਜ਼ਾਰਾਂ ਦੇ ਵਿੱਚੋਂ ਦੀ ਸਾਡਾ ਇੱਕ ਰੋਸ ਪ੍ਰਦਰਸ਼ਨ ਜਾਏਗਾ, ਜੋ ਕਿ ਧੂਰੀ ਰੋਡ ਟਰੱਕ ਯੂਨੀਅਨ ਦੇ ਵਿੱਚ ਜਾ ਕੇ ਚੱਕਾ ਜਾਮ ਕੀਤਾ ਜਾਏਗਾ। ਅਤੇ ਸਾਡੇ ਨਾਲ ਮੁਹੰਮਦ ਭਾਈਚਾਰਾ, ਸਿੱਖ ਜਨਤੇ ਬਖਸ਼ੀ, ਸਿੱਖ ਜਥੇਬੰਦੀਆਂ ਅਤੇ ਮੁਸਲਿਮ ਭਾਈਚਾਰਾ ਸਾਰਾ ਸਾਡੇ ਨਾਲ ਹੁੰਮ ਹੁਮਾ ਕੇ ਸਾਰੇ ਮੇਨ ਬਾਜ਼ਾਰਾਂ ਵਿੱਚੋਂ ਦੀ ਹੁੰਦਾ ਹੋਇਆ ਦੁਕਾਨਾਂ ਬੰਦ ਕਰਵਾ ਕੇ ਸਿੱਧਾ ਉਹ ਟਰੱਕ ਯੂਨੀਅਨ ਦੇ ਵਿੱਚ ਜਾ ਕੇ ਉੱਥੇ ਧਰਨਾ ਲਾਇਆ ਜਾਊਗਾ। ਕੀ ਨਾਮ ਤੁਹਾਡਾ? ਸੰਤ ਕੁਮਾਰ, ਡਾਕਟਰ ਬੀ ਆਰ ਰੂਪ ਸਾਹਿਬ ਵੱਲੋਂ। ਅਸੀਂ ਇੱਕ ਭਾਈ ਮੁਸਲਮਾਨ ਭਾਈਚਾਰਾ ਵੱਲੋਂ ਇਕੱਠੇ ਹੋ ਕੇ ਇੱਕ ਦਿੱਲੀ ਵਿੱਚ ਦਲਿਤ ਭਾਈਚਾਰਾ ਨਾਲ ਧੱਕਾ ਹੋਇਆ, ਅਸੀਂ ਉਹਦੇ ਰੋਸ ਵਿੱਚ ਪੂਰਾ ਮਲੇਰਕੋਟਲਾ ਮੀਂਹ ਪੈਂਦੇ ਜੀ, ਸਾਡੇ ਦੂਸਰੇ ਭਰਾ ਸਾਡੇ ਨਾਲ ਖੜੇ ਨੇ, ਅਸੀਂ ਦੁਕਾਨਾਂ ਬੰਦ ਕਰ ਰਹੇ ਸੁਬਹਾ ਤੋਂ ਲੱਗੇ ਹੋਏ ਹਾਂ, 10 ਵਜੇ ਅਸੀਂ ਵਿਕਾਸ ਮੰਦਰ ਤੋਂ ਇਕੱਠੇ ਹੋ ਕੇ ਸਾਰੇ ਦਿਨਾਂਗੇ ਵਿਕਾਸ ਸਾਰੇ ਸ਼ਹਿਰ ਦੇ ਵਿੱਚ ਰੋਣ ਲਾਉਂਗੇ। ਮੁੱਖ ਬਾਜ਼ਾਰਾਂ ਤੋਂ ਹੁੰਦੇ ਹੋਏ ਸੁਲਤਾਨੀ ਚੌਂਕ, ਦਿੱਲੀ ਗੇਟ, ਸੰਦੀ ਗੇਟ, ਇਹ ਟਰੱਕ ਨਹੀਂ ਜਦੋਂ ਬਹੁਤ ਹੁੰਗਾ ਹੁੰਗਾਰਾ ਦੇ ਕੇ ਉੱਥੇ ਲੋਕ ਮੁਹੰਮਦ ਸਾਡੇ ਸਭ ਤੋਂ ਵੱਧ ਸਾਡੇ ਨਾਲ ਮੁਹੰਮਦ ਲੋਕ ਦੇ ਰਹੇ ਨੇ ਭਾਈਚਾਰਾ।